ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਵਿਦੇਸ਼ ਲਈ ਅਪਲਾਈ ਕਰਨਾ ਹੈ ਜਾਂ ਫਿਰ ਬਾਰ ਬਾਰ ਅਪਲਾਈ ਕਰਨ ਤੇ ਵੀ ਵਿਦੇਸ਼ ਦਾ ਵੀਜ਼ਾ ਨਹੀਂ ਮਿਲਦਾ ਵੀਜ਼ਾ ਆਉਣ ਦੇ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਇੰਜ ਲੱਗਦਾ ਹੈ ਕਿ ਸ਼ਾਇਦ ਸਾਨੂੰ ਵਿਦੇਸ਼ ਦਾ ਵੀਜ਼ਾ ਹੀ ਨਹੀਂ ਮਿਲੇਗਾ ਅੱਜ ਤੁਹਾਨੂੰ ਇੱਕ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ ਇਸ ਸ਼ਬਦ ਦੇ ਜਾਪ ਕਰਨ ਦੇ ਨਾਲ ਦਿਨਾਂ ਦੇ ਵਿੱਚ ਹੀ ਤੁਹਾਨੂੰ ਗੁਰੂ ਮਹਾਰਾਜ ਖੁਸ਼ੀ ਦੇ ਦੇਣਗੇ ਖੁਸ਼ਖਬਰੀ ਦੇ ਦੇਣਗੇ ਵਿਦੇਸ਼ ਦਾ ਵੀਜ਼ਾ ਲੱਗ ਜਾਵੇਗਾ ਸਿਰਫ ਵੀਜ਼ਾ ਹੀ ਨਹੀਂ ਗੁਰੂ ਮਹਾਰਾਜ ਵਿਦੇਸ਼ ਜਾਣ ਤੋਂ ਬਾਅਦ ਕਾਰੋਬਾਰ ਵੀ ਸੈੱਟ ਕਰਵਾ ਦੇਣਗੇ ਇਸ ਸ਼ਬਦ ਦਾ ਜਾਪ ਸਵੇਰੇ ਉੱਠਦੇ ਹੀ ਮੂੰਹ ਹੱਥ ਧੋ ਕੇ ਲਗਾਤਾਰ 51 ਵਾਰ ਪੜਨਾ ਹੈ ਇਸ ਸ਼ਬਦ ਦਾ ਜਾਪ ਸ਼ੁਰੂ ਕਰਨ ਦੇ ਨਾਲ ਦਿਨਾਂ ਦੇ ਵਿੱਚ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਵਿਦੇਸ਼ ਦਾ ਵੀਜ਼ਾ ਲਗ ਜਾਵੇਗਾ ਆਓ ਹੁਣ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਚਾਚਰੀ ਸ਼ੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਿਰਨਾਮੇ ਅਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਿਰਨਾਮੇ ਅਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਿਰਨਾਮੇ ਅਕਾਮੇ गोबिन्दे मुकन्दे उदारे अपारे हरियंग करियंग निरनामे अकामे गोबिन्दे मुकन्दे उदारे अपारे हरियंग करियंग निरनामे अकामे वाहे गुरु जी का खालसा वाहे गुरु जी की फतेह